ਪੰਜਾਬੀ ਸੱਥ ਲੁਧਿਆਣਾ ਅਤੇ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵੁਮੈਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਵਰੇ ਨੂੰ ਸਮਰਪਿਤ ਪੰਜਾਬੀ ਮਾਂ ਬੋਲੀ ਪੰਦਰਵਾੜਾ ਦੀ ਸ਼ੁਰੂਆਤ ਕਾਲਜ ਦੇ ਸੈਮੀਨਾਰ ਹਾਲ ਵਿਖੇ ਮੇਰੀ ਮਾਂ ਬੋਲੀ ਪੰਜਾਬੀ ਸਭਾ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਸਹਿਯੋਗ ਨਾਲ ਕੀਤੀ ਗਈ। ਕਾਲਜ ਦੀਆਂ ਵਿਦਿਆਰਥਣਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮਿੱਤਰ ਸੈਨ ਮੀਤ ਪ੍ਰੋਫੈਸਰ ਇੰਦਰਪਾਲ ਸਿੰਘ, ਕਰਮਜੀਤ ਸਿੰਘ ਜੀ ਔਜਲਾ ਅਤੇ ਮਹਿੰਦਰ ਸਿੰਘ ਸੇਖੋਂ ਨੇ ਮਾਂ ਬੋਲੀ ਪੰਜਾਬੀ ਦੀ ਅਜੋਕੀ ਸਥਿਤੀ, ਉਸ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਉਹਨਾਂ ਦੇ ਸੰਭਾਵੀ ਹੱਲ ਦੇ ਬਹੁਤ ਹੀ ਦਿਲ ਟੁੰਬਵੇ ਅਤੇ ਮਾਨਸਿਕਤਾ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਤੱਥ ਭਰਪੂਰ ਵੇਰਵੇ ਪੇਸ਼ ਕੀਤੇ। ਅੱਜ ਦਾ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ, ਉਸ ਦਾ ਮੇਨ ਏਜੰਡਾ ਇਹੀ ਸੀਗਾ ਕਿ ਬੱਚਿਆਂ ਨੂੰ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇ ਕਿ ਪੰਜਾਬੀ ਮਾਤ ਭਾਸ਼ਾ ਨੂੰ, ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਨੂੰ ਕਿਹੜੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਨੇ। ਉਸ ਦੇ ਵਿੱਚ ਸਾਰੀਆਂ ਗੱਲਾਂ ਵਿਸਤਾਰ ਦੇ ਵਿੱਚ ਮਿੱਤਰ ਸੈਨ ਮੀਤ ਜੀ ਨੇ, ਪ੍ਰੋਫੈਸਰ ਇੰਦਰਪਾਲ ਜੀ ਨੇ ਸਾਰੀਆਂ ਗੱਲਾਂ ਦੱਸੀਆਂ ਨੇ ਅਤੇ ਇਹ ਸਿਰਫ ਮੁਸ਼ਕਲਾਂ ਹੀ ਨਹੀਂ ਦੱਸੀਆਂ, ਮੁਸ਼ਕਲਾਂ ਦੇ ਹੱਲ ਵੀ ਦੱਸੇ ਗਏ ਆ ਕਿ ਕਿਸ ਤਰ੍ਹਾਂ ਇਹਨਾਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕਦਾ, ਕਿਸ ਤਰ੍ਹਾਂ ਸਰਕਾਰ ਦੀ ਜ਼ਿੰਮੇਵਾਰੀ ਆ ਜਿਹੜੀ ਕਿ ਉਹਨਾਂ ਨੂੰ ਨਿਭਾਉਣੀ ਚਾਹੀਦੀ ਆ, ਕਿਸ ਤਰ੍ਹਾਂ ਆਪਣੀ ਖੁਦ ਦੀ ਜ਼ਿੰਮੇਵਾਰੀ ਆ ਜਿਹੜੀ ਕਿ ਆਪਾਂ ਨੂੰ ਵੀ ਪਰਿਵਾਰਿਕ ਰੂਪ ਦੇ ਵਿੱਚ, ਸੰਸਾਰਿਕ ਰੂਪ ਦੇ ਵਿੱਚ ਆਪਣਾ ਨੂੰ ਪੰਜਾਬੀਆਂ ਨੂੰ ਨਿਭਾਉਣ ਦੀ ਲੋੜ ਆ। ਅਤੇ ਇਸ ਦੇ ਨਾਲ ਸਾਡਾ ਟੀਚਾ ਇਹ ਰਿਹਾ ਹੈ ਕਿ 550 ਸਾਲ ਜਿਹੜਾ ਹੈਗਾ ਗੁਰੂ ਨਾਨਕ ਦੇਵ ਜੀ ਦਾ, ਜੋ ਕਿ ਆਪਣੇ ਪੰਜਾਬੀ ਬੋਲੀ ਦੇ ਸਾਰਾ ਕੰਮ ਉਹਨਾਂ ਦਾ ਪੰਜਾਬੀ ਬੋਲੀ ਦੇ ਵਿੱਚ ਸੀਗਾ, ਸਾਰੀਆਂ ਸਿੱਖਿਆਵਾਂ ਜਿਹੜੀਆਂ ਸੀ ਪੰਜਾਬੀ ਬੋਲੀ ਦੇ ਵਿੱਚ ਸੀ, ਸਾਰੀ ਦੁਨੀਆ 'ਚ ਘੁੰਮੇ ਹਾਂ, ਉਹ ਜਿਹੜਾ ਉਹਨਾਂ ਦੇ 550 ਸਾਲ ਦੇ ਜਦੋਂ ਆਪਾਂ ਮਨਾ ਰਹੇ ਹਾਂ ਤਾਂ ਇਹ ਸਾਲ ਆਪਾਂ ਪੰਜਾਬੀ ਬੋਲੀ ਨੂੰ ਸਮਰਪਿਤ ਕਰਦੇ ਹਾਂ। UNO ਨੇ ਵੀ ਇਸ ਨੂੰ ਅੱਜ ਕੱਲ੍ਹ ਜਿਹੜਾ ਇਹ ਸਾਲ ਹੈ ਇਸ ਨੂੰ ਰਾਜ ਭਾਸ਼ਾਵਾਂ ਜਿਹੜੀਆਂ ਨੇ ਉਹਨਾਂ ਨੂੰ ਸਮਰਪਿਤ ਕੀਤਾ ਹੈ, ਅਤੇ ਕਿਉਂ ਨਾ ਆਪਾਂ ਇਸ ਨੂੰ ਵੱਧ ਚੜ੍ਹ ਕੇ ਹਿੱਸਾ ਲਈਏ ਇਹਦੇ ਵਿੱਚ, ਅਤੇ ਜਿਹੜੀ ਬੋਲੀ ਆ ਆਪਣੀ ਉਸ ਨੂੰ ਸਹੀ ਅਰਥਾਂ ਦੇ ਵਿੱਚ ਰਾਜ ਭਾਸ਼ਾ ਦਾ ਦਰਜਾ ਦਵਾ ਕੇ ਰਹੀ। ਮੈਂ ਡਾਕਟਰ ਕਿਰਨਦੀਪ ਕੌਰ, ਪ੍ਰਿੰਸੀਪਲ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵੁਮੈਨ ਲੁਧਿਆਣਾ, ਅੱਜ ਦੱਸਦਿਆਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਅਤੇ ਪੰਜਾਬੀ ਸੱਥ ਲੁਧਿਆਣਾ ਦੇ ਸਹਿਯੋਗ ਦੇ ਸਦਕਾ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹਨਾਂ ਨੇ ਜਿਹੜਾ ਪੰਜਾਬੀ ਮਾਂ ਬੋਲੀ ਭਾਸ਼ਾ ਦੇ ਪਸਾਰ ਦਾ ਪੰਦਰਵਾੜਾ ਸ਼ੁਰੂ ਕੀਤਾ, ਇਸ ਦਾ ਆਗਾਜ਼ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਤੋਂ ਕੀਤਾ ਜਾ ਰਿਹਾ ਹੈ। ਮੈਂ ਆਪਣੇ ਆਪ ਨੂੰ ਬਹੁਤ ਹੀ ਸੁਭਾਗਾ ਮਹਿਸੂਸ ਕਰ ਰਹੀ ਹਾਂ, ਇਹਨਾਂ ਨੇ ਸਾਡੇ ਕਾਲਜ ਨੂੰ ਚੁਣਿਆ, ਇਸ ਲਈ ਇਹਨਾਂ ਦੀ ਬਹੁਤ ਧੰਨਵਾਦੀ ਹਾਂ। ਅਤੇ ਮਾਸਟਰ ਤਾਰਾ ਸਿੰਘ ਜੀ, ਜੋ ਕਿ ਸਾਡੇ ਕਾਲਜ ਜਿਸ ਨਾਂ 'ਤੇ ਬਣਿਆ ਹੋਇਆ ਹੈ, ਉਹ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਹਮੇਸ਼ਾ ਹੀ ਅਗਰਸਰ ਰਹਿੰਦੇ ਸਨ, ਅਤੇ ਇਸ ਲਈ ਇਸ ਪ੍ਰੋਗਰਾਮ ਦਾ ਜਿਹੜਾ ਸ਼ੁਰੂਆਤ ਹੈ ਉਹ ਸਾਡੇ ਕਾਲਜ ਤੋਂ ਕੀਤੀ ਗਈ ਹੈ। ਅੱਜ ਦੇ ਜਿਹੜੇ ਪ੍ਰੋਗਰਾਮ ਵਿੱਚ ਇਹਨਾਂ ਨੇ ਬੱਚਿਆਂ ਦੇ ਰੂਬਰੂ ਹੋ ਕੇ ਜਿਹੜੀ ਮਾਂ ਬੋਲੀ ਨੌਜਵਾਨ ਪੀੜ੍ਹੀ ਤੋਂ ਵਿਸਰਦੀ ਜਾ ਰਹੀ ਹੈ, ਉਸ ਦੇ ਦਰਪੇਸ਼ ਜਿਹੜੀਆਂ ਵੀ ਉਸਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਤੇ ਉਹਦੇ ਭਵਿੱਖ ਬਾਰੇ ਹਰ ਤਰ੍ਹਾਂ ਦੀ ਰੂਬਰੂ ਇਹਨਾਂ ਨੇ ਪੰਜਾਬੀ ਭਾਸ਼ਾ ਦੇ ਬਾਰੇ ਬੱਚਿਆਂ ਦੇ ਨਾਲ ਗੱਲਬਾਤ ਸਾਂਝੀ ਕੀਤੀ, ਅਤੇ ਪੰਜਾਬੀ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਇਹਨਾਂ ਨੇ ਜੋ ਅੱਜ ਕੀਤਾ ਉਹ ਅੱਜ ਸਲਾਹਣਯੋਗ ਕਿਹਾ ਜਾ ਸਕਦਾ ਹੈ। ਬਾਅਦ ਵਿੱਚ ਕਾਲਜ ਵੱਲੋਂ ਕਰਾਏ ਪੰਜਾਬੀ ਬੋਲੀ ਦੇ ਭਿੰਨ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਪੰਜਾਬੀ ਭਾਸ਼ਾ ਵਿਸਾਰ ਭਾਈਚਾਰੇ ਵੱਲੋਂ ਕਿਤਾਬਾਂ ਦੇ ਸੈੱਟ ਇਨਾਮ ਵਜੋਂ ਦਿੱਤੇ ਗਏ। ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ ਚੈਨਲ ਲੁਧਿਆਣਾ ਵਿਊ ਵੱਲੋਂ ਵੀ
ਚੰਗੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਮਾਗਮ ਵਿੱਚ ਹਰਬਖਸ਼ ਸਿੰਘ ਗਰੇਵਾਲ, ਸੁਖਿੰਦਰਪਾਲ ਸਿੰਘ, ਦਵਿੰਦਰ ਸਿੰਘ ਸੇਖਾ, ਰਾਜ ਫਤਿਹ ਸਿੰਘ ਅਤੇ ਸਰਦਾਰ ਪਵਨਦੀਪ ਸਿੰਘ ਜੀ ਵੀ ਉਚੇਚੇ ਤੌਰ ਤੇ ਸ਼ਾਮਲ ਸਨ। ਬਿਊਰੋ ਰਿਪੋਰਟ, ਲੁਧਿਆਣਾ ਵਿਊ।